बस साड़ी यही बेनती है कि भी रूड़ी चकवाई जावे, वो मंदिर दी जगह आएगी ते मतलब वो मंदिर दे विच बहुत ही ज्यादा गंद पा रहे हैगे, बस साड़ी यही बेनती है कि वीर जी भी रूड़ी चकाई जावे। सारे ही बेड़ा भी जाता, पिंड भी जाता, किसी नूं भी ये रोक टोक करदे आ, फिर जिन्नी तक साथों पहुंचा गया उन्नी तक पहुंचांगे। साड़ी मेरा बेटा जाता उत्थे सेवा करदा, ते मेरे बेटे नूं चोरियां फड़ के उन्होंने पेत नहीं दिता, ते कुट मार कीती, निक्के निक्के उहदे बच्चे आ, नूं जाणी मेरा बच्चा उत्थे सेवा करदा करके ज्यादा जाने प्रभाव पाया मेरे बच्चे ते, कहिंदे वी तैनूं छड्डणा नहीं चूड़िया, वी तैनूं मार के छड्डांगे। इस वक्त असीं खड़े आ पिंड तलवंडी बूटा सिंह दे बिल्कुल घर दे अग्गे, जिथे कि जिहड़े उन्हां दे हक दे विच खड़े ने लोक, उन्हां दा कट तुसीं देख सकदे हो कि उन्हां दी हिमायत दे विच किन्ने लोक उन्हां दी हिमायत दे विच खड़े ने। गलबात करदे आ उस मिस्त्री दे नाल जिहड़ा उस वक्त बूटा सिंह दे नाल सी, गल करदे आ कि उस वेले उस मौके ते की होया सीगा। हांजी असीं दोनों बूटा ते मैं मिस्त्री सी, असीं दोनों मेहनती करके आउने आ मंदिर चों, मंदिर चों मेहनती करके जदों असीं आउने आ उह बिही च असीं इकट्ठे हो गए, चार कु फुट बिही आ उह, पर इह तों असीं आ गए आ ਇਹ ਘਰ ਚੋਂ ਆ ਗਿਆ ਸਾਡੇ ਕਨੇ ਨੂੰ, ਅਸੀਂ ਉਧਰੋਂ ਆਉਂਦੇ ਹਾਂ। ਕੀ ਨਾਂ ਸੀ ਉਹਦਾ ਜੀ? ਉਹਦਾ ਨਾਂ ਕੁਲਦੀਪ ਸਿੰਘ ਜੀ। ਅਤੇ ਉੱਥੇ ਜਫੋ ਜਫੀ ਹੋ ਗਏ, ਮੈਂ ਦੋਨਾਂ ਦੇ ਵਿਚਾਲੇ ਹਾਂ, ਉਹਨਾਂ ਨੂੰ ਜਾਣੀ ਛੁਡਾਤਾ, ਉਦੋਂ ਨੂੰ ਅਸੀਂ ਸੜਕ 'ਤੇ ਚੜ੍ਹ ਗਏ, ਮੂਹਰੇ ਬਿਹੀ 'ਤੇ ਚੜ੍ਹ ਗਏ। ਲੜਾਈ ਪੈਣ ਦਾ ਕਾਰਨ ਕੀ ਹੋਇਆ, ਕੀ ਕਾਰਨ ਹੋਇਆ? ਕਾਰਨ ਹੋਇਆ ਜੀ ਟੂਟੀ ਪੱਟੀ ਵੀ ਸੀਗੀ ਜੀ, ਉੱਥੇ ਅਸੀਂ ਉੱਥੇ ਹੀ ਖੜ੍ਹੇ ਜਿੱਥੇ ਉਹਦੀ ਟੂਟੀ ਜੀ ਖੋਲ੍ਹੀ ਵੀ ਸੀਗੀ, ਉਹਨੇ ਕਾਰਨ ਇਹੀ ਲਿਆ ਵੀ ਮੇਰੀ ਟੂਟੀ ਬੰਦ ਕਰਤੀ ਤੁਸੀਂ, ਬੂਟੇ ਨੂੰ ਕਹਿਣ ਲੱਗਾ। ਨਹੀਂ ਜਿਹੜੀ ਟੂਟੀ ਲੱਗੀ ਉਹਦੇ ਆਪਦੇ ਜੱਦੀ ਥਾਂ 'ਚ ਲੱਗੀ ਜਾਂ ਪੰਚਾਇਤੀ ਥਾਂ 'ਚ ਲੱਗੀ? ਉਹ ਬੀਹੀ 'ਚ ਲੱਗੀ ਹੋਈ ਸੀਗੀ, ਬੀਹੀ 'ਚ ਲੱਗੀ ਹੋਈ, ਬੀਹੀ 'ਚ ਜਾਂਦੀ ਸੀ ਪੈਪ, ਬੀਹੀ 'ਤੇ ਵਿਛਦੀ ਜਾਂਦੀ, ਹਾਂ ਉਹ ਮਾਤਾ ਰਾਣੀ ਵੀ ਜਾਂਦੀ ਸੀ, ਪੈਪ ਉਹਦੀ ਵੀ ਘਰ ਨੂੰ ਲਾਈ ਹੋਈ ਸੀ ਅਤੇ ਉੱਧਰ ਨੂੰ ਵੀ ਜਾਂਦੀ ਸੀ ਪੈਪ। ਅੱਛਾ ਤੁਹਾਨੂੰ ਕੀ ਲੱਗਦਾ? ਹਾਂਜੀ ਰੌਲਾ ਇਹਨਾਂ ਨੇ ਜਾਣੀ ਟੂਟੀ ਦਾ ਲੈ ਕੇ ਆਪਸ ਮੈਂ ਉੱਥੇ ਜਫੋ ਜਫੀ ਹੋ ਗਈ। ਅੱਛਾ ਤੁਹਾਨੂੰ ਕੀ ਲੱਗਦਾ ਗਲਤੀ ਕਿਹਦੀ ਆ ਜੀ, ਕਿਹਨੇ ਮਤਲਬ ਚੰਜਰੀ ਸੇੜੀ? ਗਲਤੀ ਤਾਂ ਵੈਸੇ ਜਦੋਂ ਸਾਨੂੰ ਉੱਧਰੋਂ ਮੂਹਰੋਂ ਆ ਕੇ ਉਹਨੇ ਫੜਿਆ, ਗਲਤੀ ਤਾਂ ਉਹਦੀ ਹੋਈ ਹੈ ਜਦੋਂ ਉਹਨੇ ਚਾਹੇ ਵਜ੍ਹਾ ਕੁਛ ਵੀ ਲੈ ਲਈ, ਗਲਤੀ ਤਾਂ ਕੁਲਦੀਪ ਸਿੰਘ ਦੀ ਹੈ ਜੀ, ਧੋਗਾ ਸਿੰਘ ਜੀ, ਇਹਦਾ ਇਨਸਾਫ਼ ਹੋਣਾ ਚਾਹੀਦਾ ਜੀ। ਵਿਭਾਗ ਤੋਂ ਉੱਥੇ ਜਾਂਦੇ ਸੀ ਬੰਦਾ, ਕੋਈ ਵੀ ਉੱਥੇ ਜਾਂਦਾ ਸੀ ਉਸ ਬੰਦੇ ਨੂੰ ਜਾਂਦੇ ਨੂੰ ਉੱਥੋਂ ਰੋਕਦੇ ਆ ਜਾਂ ਕੋਈ ਕਿਵੇਂ ਆ ਵੀ ਇਹਦਾ ਕੋਈ ਸਟੈਂਡ ਲੈ ਕੇ ਉਹਨਾਂ ਨੂੰ ਉਹਦਾ ਇਨਸਾਫ਼ ਦੇਣਾ ਚਾਹੀਦਾ ਜੀ। ਜਾਣੀ ਕਿ ਉਸ ਮੰਦਰ ਨੂੰ ਜਾਣ ਤੋਂ ਰੋਕਿਆ ਜਾਂਦਾ? ਹਾਂਜੀ ਰੋਕਿਆ ਜਾਂਦਾ। ਹਾਂਜੀ ਮਾਤਾ ਤੁਹਾਡਾ ਬੇਟਾ ਜੀ? ਹਾਂਜੀ ਸਾਡਾ ਬੇਟਾ ਹੈ, ਸਾਨੂੰ ਜਾਂਦਿਆਂ ਨੂੰ ਖਤਰਾ, ਮੇਰਾ ਬੇਟਾ ਜਾਂਦਾ ਉੱਥੇ ਸੇਵਾ ਕਰਦਾ ਅਤੇ ਮੇਰੇ ਬੇਟੇ ਨੂੰ ਚੋਰੀਆਂ ਫੜ ਕੇ ਉਹਨਾਂ ਨੇ ਪੇਤ ਨਹੀਂ ਦਿੱਤਾ ਅਤੇ ਕੁੱਟਮਾਰ ਕੀਤੀ, ਨਿੱਕੇ ਨਿੱਕੇ ਉਹਦੇ ਬੱਚੇ ਆ। ਕਿੰਨੇ ਬੱਚੇ ਆ ਜੀ ਉਹਦੇ? ਆਹ ਤਿੰਨ ਬੱਚੇ ਆ ਖੜੇ ਆ, ਦੋ ਗੁੱਡੀਆਂ ਇੱਕ ਕਾਕਾ ਹੈ, ਅਤੇ ਜੇ ਉਹਨੂੰ ਕੁਛ ਹੋ ਜਾਂਦਾ ਤਾਂ ਮੇਰਾ ਤਾਂ ਬੇੜਾ ਵਗ ਤਬਾਹ ਹੋ ਜਾਂਦਾ ਅਤੇ ਉਹਨਾਂ ਦੇ ਵੀ ਕੋਈ ਬਰਖਿਲਾਫੀ ਹੋਣੀ ਚਾਹੀਦੀ ਹੈ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਉੱਥੇ ਜਾਣਾ ਆਉਣਾ ਹੋਵੇ ਉਹ ਬੰਦ ਕਰਦੇ ਆ, ਸਾਡਾ ਜਾਵਾ ਵੀ ਸਾਡੀ ਬੰਦ ਕਰਦੇ ਆ, ਉਹ ਮੂਹਰੇ ਰੂੜੀ ਲਾਈ ਵੀ ਆ, ਉਹ ਵੀ ਗੰਦ ਪਾਇਆ ਵਾ ਸਾਡਾ ਮੰਦਰ 'ਤੇ, ਅਸੀਂ ਸੇਵਾ ਕਰਦੇ ਕੋਈ ਉਹਦੇ 'ਚ ਅਸੀਂ ਖਾਣ ਪੀਣ ਨਹੀਂ ਸਾਡਾ, ਅਸੀਂ ਉੱਥੇ ਸੇਵਾ ਕਰਦੇ, ਜਾਣੀ ਸਾਨੂੰ ਉੱਥੇ ਰੋਕ ਟੋਕ ਹੁੰਦੀ ਇਹਨਾਂ ਦੀ ਹੁੰਦੀ ਆ, ਜਾਣੀ ਵੀ ਇੱਥੇ ਆਉਂਦੀ ਕਾਹਤੋਂ ਆਦੁਨੀਆਂ, ਸਾਨੂੰ ਜਾਣੀ ਇਹ ਮੇਰਾ ਬੱਚਾ ਉੱਥੇ ਸੇਵਾ ਕਰਦਾ ਕਰਕੇ ਜ਼ਿਆਦਾ ਜਾਣੀ ਪ੍ਰਭਾਵ ਪਾਇਆ ਵਾ ਮੇਰੇ ਬੱਚੇ 'ਤੇ, ਕਹਿੰਦੇ ਵੀ ਤੈਨੂੰ ਛੱਡਣਾ ਨਹੀਂ ਚੂੜਿਆ, ਵੀ ਤੈਨੂੰ ਮਾਰ ਕੇ ਛੱਡਾਂਗੇ, ਅਤੇ ਜੇ ਮੇਰੇ ਬੱਚੇ ਨੂੰ ਕੁਛ ਹੋ ਗਿਆ ਤਾਂ ਫਿਰ ਮੈਂ ਜ਼ਿੰਮੇਦਾਰ ਉਹ ਆ, ਕੋਈ ਵੀ ਕਰ ਜੇ ਜ਼ਿੰਮੇਦਾਰੀ, ਫਿਰ ਹੁਣ ਉਹਨਾਂ ਤੋਂ ਅੱਗੇ ਕੀ ਆ, ਅਸੀਂ ਉਹਨਾਂ ਦੇ ਸਿਰ ਲਾ ਸਕਦੇ ਹਾਂ ਜੀ। ਹਾਂਜੀ ਵੀਰ ਜੀ ਅਸੀਂ ਇਹੀ ਗੱਲ ਕਹਿ ਰਹੇ ਹਾਂਗੇ ਵੀ ਜਿਹੜਾ ਮੰਦਰ ਬਣਿਆ ਹੋਇਆ ਹੈਗਾ ਵੀ ਉਹ ਸਾਂਝੇ ਪਿੰਡ ਦਾ, ਉਹ ਸਾਰਿਆਂ ਦਾ ਹੈਗਾ, ਉਹ ਜੇ ਹੁਣ ਆਪਾਂ ਕਹੀਏ ਵੀ ਇਹ ਬੂਟੇ ਵੀਰ ਜੀ ਦਾ ਹੈਗਾ, ਇਹਨਾਂ ਦਾ ਤਾਂ ਇਕੱਲਿਆਂ ਦਾ ਹੈ ਨਹੀਂ, ਇਹ ਸਾਰਿਆਂ ਦੇ ਲਈ ਕਰ ਰਹੇ ਆ, ਜੋ ਵੀ ਕਰ ਰਹੇ ਦਿਨ ਭਰ ਰਾਤ ਉੱਥੇ ਸੇਵਾ ਕਰਦੇ ਹੈਗੇ, ਦਿਨ ਭਰ ਰਾਤ ਸੇਵਾ ਨਹੀਂ ਕਰਦੇ ਹੈਗੇ, ਪਰ ਗੱਲ ਐਂ ਕਰਦੇ ਹੈਗੇ ਵੀ ਸਾਰਿਆਂ ਦਾ ਸਾਂਝਾ ਕੰਮ ਹੋਣ ਦੇ ਬਾਵਜੂਦ ਹੁਣ ਉੱਥੇ ਸ਼ੈੱਡ ਪਾਉਣ ਦੀ ਗੱਲ ਚੱਲ ਰਹੀ ਸੀ, ਉਹਦੇ ਵਾਸਤੇ ਪਿੰਡ 'ਚ ਗ੍ਰਾਹੀ ਵੀ ਕਰ ਰਹੇ ਸੀਗੇ ਇਹ, ਸਾਰਿਆਂ ਨੇ ਇਹੀ ਗੱਲ ਕਹੀ ਹੈਗੀ ਵੀ ਜਿਹੜੀ ਮਤਲਬ ਉੱਥੇ ਰੂੜੀ ਲਾਈ ਹੋਈ ਹੈਗੀ, ਉਹਨਾਂ ਜ਼ਿਮੀਂਦਾਰਾਂ ਦੀ ਰੂੜੀ ਜਿਹੜੀ ਲਾਈ ਹੋਈ ਆ ਉਹ ਧੱਕੇ ਨਾਲ ਲਾਈ ਹੋਈ ਆ ਜੀ, ਉੱਥੋਂ ਚੱਕ ਨਹੀਂ ਰਹੇ ਗੇ, ਸਾਰੇ ਕਹਿੰਦੇ ਵੀ ਇੱਕ ਪਾਸੇ ਤਾਂ ਜੋਤਾਂ ਜਗ ਰਹੀਆਂ, ਜਮਾਂ ਜੋਤਾਂ ਜਗਦੀਆਂ ਦੇ ਸਾਹਮਣੇ ਰੂੜੀ ਲੱਗੀ ਹੋਈ ਆ ਜੀ, ਉਹਨਾਂ ਦੀ ਰੂੜੀ ਲੱਗੀ ਆ। ਹਾਂਜੀ ਉਹਨਾਂ ਦਾ ਆਪਣਾ ਨਿੱਜੀ ਥਾਂ ਜਾਂ ਜੋ ਨਹੀਂ ਜੀ, ਇਹ ਸਾਂਝਾ ਥਾਂ ਹੈ ਜੀ, ਸਾਂਝਾ ਥਾਂ ਹੈ ਸ਼ਾਮਲਾਟ ਦਾ, ਮੰਦਰ ਦੀ ਜਗ੍ਹਾ ਕਿ ਮੰਦਰ ਦੀ ਜਗ੍ਹਾ ਉਹ ਵੀਰ ਜੀ ਧੱਕੇ ਨਾਲ ਰੋਕੀ ਹੋਈ ਆ ਜੀ, ਧੱਕੇ ਨਾਲ ਰੋਕੀ ਹੋਈ ਹੈਗੀ, ਬਸ ਉਹੀ ਗੱਲ ਆ ਵੀ ਹੁਣ ਵੀ ਉਹਨਾਂ ਨਾਲ ਤਾਂ ਕੋਈ ਗੱਲਬਾਤ ਵੀਰ ਜੀ ਹੋਈ ਨਹੀਂ ਸੀਗੀ ਇੱਦਾਂ ਦੀ, ਬਸ ਉੱਥੇ ਸ਼ੈੱਡ ਪਾਉਣ ਅਤੇ ਸਾਫ਼ ਸਫਾਈ ਬਾਰੇ ਵੀ, ਬਾਕੀ ਆਏ ਹੈਗਾ ਵੀ ਉੱਥੇ ਦੋ ਚਾਰ ਮੂਰਤਾਂ ਹੋਰ ਰੱਖਣ ਵੀ, ਜਿਹੜੇ ਪਿੰਡ ਦੇ ਲੋਕਾਂ ਨੂੰ ਮੰਦਰ ਵਧਾਉਣ ਜਾਣਾ ਪੈਂਦਾ ਗਾ ਵੀ ਚੱਲ ਆਏ ਹੈਗਾ ਵੀ ਮੰਦਰ ਨਾ ਵਧਾਉਣ ਨਾ ਜਾਇਆ ਜਾਵੇ, ਬਸ ਇੱਥੇ ਹੀ ਪਾਠ ਪੂਜਾ ਹੋਵੇ ਜੋ ਵੀ ਅਗਲਾ ਕਰਦਾ ਗਾ, ਵੀ ਗੱਲ ਐਂ ਕਰਦੇ ਵੀ ਇਸ ਕਰਕੇ ਵੀ ਉਹ ਸਾਫ਼ ਸਫਾਈ ਥੋੜ੍ਹੀ ਜਿਹੀ ਜ਼ਿਆਦਾ ਕਰਵਾਉਣਾ ਚਾਹੁੰਦੇ ਸੀਗੇ, ਉੱਥੇ ਸ਼ੈੱਡ ਪਾਉਣ ਦੀ ਸਕੀਮ ਸੀਗੀ, ਪਰ ਫਿਰ ਵੀ ਸਾਰੇ ਪਿੰਡ ਵਾਸੀਆਂ ਨੇ ਇਹੀ ਗੱਲ ਕਹੀ ਹੈਗੀ ਵੀ ਇਸ ਤਰ੍ਹਾਂ ਕਰਕੇ ਵੀ ਜਿਹੜਾ ਸਾਂਝਾ ਥਾਂ ਉਹ ਧੱਕੇ ਨਾਲ ਰੋਕੀ ਬੈਠੇ ਹੈਗੇ ਵੀ ਉਹ ਰੂੜੀ ਚੁਕਵਾਈ ਜਾਵੇ, ਸਾਰੇ ਇਸ ਗੱਲ ਦੇ ਵਿੱਚ ਸਹਿਮਤ ਸੀ ਜੀ ਸਾਡੇ ਪਿੰਡ ਦੇ, ਪਰ ਫਿਰ ਵੀ ਹਜੇ ਥੋੜ੍ਹੀ ਗੱਲਬਾਤ ਹੀ ਚੱਲ ਰਹੀ ਸੀਗੀ, ਹਾਲਾਂਕਿ ਜਿਹੜਾ ਮਤਲਬ ਟੂਟੀ ਦਾ ਪਾਣੀ ਵੀ ਆ ਰਿਹਾ ਸੀਗਾ ਗਲੀ ਦੇ ਵਿੱਚੋਂ ਆ ਰਿਹਾ ਸੀਗਾ, ਉਹਨਾਂ ਨੇ ਅੱਧ 'ਚੋਂ ਹੀ ਕਨੈਕਸ਼ਨ ਕੱਟ ਕੇ
आपके वाल सप्लाई की सी, मंदिर में एक भी बूंद नहीं जा रही थी पानी की, टुल्लू पंप वगैरह ला के भी देखे भी किस हिसाब न मंदिर में पानी जा नहीं रहा। इस गलते थोड़ा जहा चल मतलब गल हुई भी ये कनैक्शन तुम क्यों कट्टिया, राजो क्यों कट्टे भी जो तुम पानी चाहते अगर तो सीधी सप्लाई लो। इस गल करके उन्होंने नाल उन्होंने मतलब जिमीदार ने हालांकि मंदिर के बच्चे खड़े थे बूटा वीर जी तो भी आए हैंगा भी मंदिर उन्होंने घरद्या ने बहुत कुटमार की है कि उन्होंने लीड़े कपड़े जो भी उन्होंने हालत सी बस देखियो इस टाइम हॉस्पिटल दाखिल नहीं। यही असं कहना चाहते हैं कि भी वो सांझी जगह है मंदिर की जगह हैगी भी वो धक्के रोक ही बैठे है बाकी आए हैं मंदिर धार्मिक स्थान पर जो कोई गंद पा रहा है वो गंद ना पाए बस असं ये चाहते हैं असं इंसाफ चाहते हैं भी इस तरह करके जो वह मंदिर बारे ये गल सोच रहे हैं भी मंदिर सारे का सांझा है वह बेचारे का कल का तो नहीं दिन भर रात सेवा करते हैं उत्थे भी ये सारे एक गल है भी हाँ असं मौके पर दिखा भी सकते हैं जी सूँ भी इस तरह करके कि गंद पिया हो जी उत्थे से आप जावे और टूटी और रूढ़ी और सारा आप देखा दिखावे लोगों को ये जिहड़े मतलब लोग ने वो चीज़ देखना चाहते हैं कि कित्थे वो जगह की मसला होया ना। सवाल ये है कि तुसी की चाहते हो? असी बस यही चाहते हैं भी उन्होंने कल भी जो किया गा भी बहुत गलत किया गा इदा जे कोई मन के चलो इन्होंने इन्हों वालों कोई सीगा मतलब कोई यहोजी पर उन्होंने मिथी हुई सी सिर्फ मंदिर के काम बारे ही गल चल रही सी उत्थे पर उन्होंने धक्के हमला किया गा इन्हें इन्हों के तो कोई मन के भी नहीं रब ना करे उन्होंने किसी जान कोई खतरा हो जाता फिर जिम्मेवार कौन सी असी तो फिर उन्होंने ही कहोंगे उन्होंने कहोंगे बाकी मौके पर जोड़े मौजूद सके वह भी इतने अपने बच्चे ही है तो मतलब तुम उन्होंने भी वीर जी गलबात कर सकते हैं। सानू इंसाफ ये चाहिए भी मंदिर के रूड़ी चकवाई जाए वो जगह धक्के रोकी भी हैगी भी उत्थे बस असं सफाई चाहते हैं होर कुछ नहीं जी। हाँ जी भैन हाँ जी वीर जी असं ये कह रहे हैं कि भी जिहड़ा मंदिर के काम धंधे वास्ते टूटी का कनैक्शन लिया होगा वो वीर जी उन्होंने मतलब जिहड़ा कनैक्शन कट्टिया होगा असं ये चाहते हैं कि भी वह टूटी का जिहड़ा सीधा मंदिर नूं कनैक्शन आ रहा उन्होंने टूटी लवानी है कि आपका सीधा कनैक्शन कर टूटी वाले पानी दे नाल हेरफेर ना कर पैप दे नाल हेरफेर ना कर। एक बार साडी यही बेनती हैगी भी रूड़ी चकवाई जाए वह मंदिर की जगह आएगी तो मतलब वो मंदिर के बहुत ही ज़्यादा गंद पा रहे हैं बस साड़ी यही बेनती है कि वीर जी भी रूड़ी चकाई जाए। बाकी वीर जी ये कह रहे हैं कि भी ना इन्ना कि ज़्यादा गंद पाया होया गा बच्चों के डैंपर वगैरह भी सड़ते हैं कि जे कोई उत्थे कोई मतलब प्रसाद वगैरह बनता कोई प्रसादा हुंदा गा भी प्रसादा किसी ने सकना हुंदा चाह पानी का लंगर हुंदा गा तो उत्थे वीर जी ये गल है भी कोई भी बैठ के खा नहीं सकता गा भी इन्ना कि ज़्यादा गंद मुश्क मारदा गा बस यही असं कहना चाहते भी किमें ना किमें करके मतलब सांझी जगह की रूड़ी चकवाई जाए बस भी आए हैं भी उत्थे बहन का भी कोई हज नहीं गा जे कोई उंज मत्था टेकन भी जाता गा भी फिर भी बहुत गंद पिया होगा मुश्क बहुत मारदा गा बस साड़ी यही बेनती है भी रूड़ी चकवाई जाए सांझी जगह चो जी धक्के जी जगह उन्होंने रोकी हैगी वीर जी बस असी भी सारा पिंड साडा मतलब वो चुकवा चा जी भी मतलब वो चुकवाओ भी धक्के की जगह धक्के मंदिर की जगह क्यों रोकी है बस यही असं कहना चाहते यही साड़ी बेनती है जी हाथ बन के वेला चाहिए वा हाँ जेडे भी मुस्क मारता है गंद चकना चाहिए करते धक्का ही है धक्के नहीं सारा कुछ वरते जाते कंधा कहने धक्के नहीं हुई नहीं अगे जगह कि भोर एक तुम आप जाके देख लो बहुत गंद भराया हो तो बस ये तो समझते बंदे बंदा जानते ही नहीं कह दें भी असं गरीबा तो लेना की है। सत श्रीकाल जी साड़ी यही बेनती है जी पहला जो मंदिर बने सरकारी जगह सी साडे बजुर्ग सेवा करते सीगे ते उस तो बाद साडा बेटा करन लग गया सेवा ते उसनू आपदी सरकार दीआं धमकीआं दे रहे हैं जी साडी सरकार आपदी है जो मर्जी असी कर सकदे आ थोनू पर थोनू इत्थे सेवा नहीं करनी दे जा आउण जाण नहीं देना फिर सरकारी टूटी आ सरकारी टूटी दे जिहड़ा पाइप सप्लाई आ ओदे विच्चों पानी लै सकदे पर जिहड़ा असी मंदिर दे उत्ते पाइप पाया पर ओदे विच्चों सप्लाई इन्हां नूं ही नहीं हक बनदा इन्हां दा। उस तो बाद इन्हां नूं वध तों वध धमकियां बूटे सिंह नूं दित्तियां जांदियां कुलदीप सिंह धमकियां दिंदा है कल गए आ इह कल उन्हां नूं कुछ नहीं इन्हां ने दस्सिया भी थोड़े नाल असीं इह करांगे उस तो बाद बस इन्हां दी कुटमार कीती आ उस तो बाद होस्पिटल चले गए आ दाखिल कीता असीं ते जो जगह सरकारी सीगी उस तो बाद ये रोकन दी बहुत इन्होंने हुण तक कोशिश कीती आ वध तों वध कोशिश कीती आ सारी रोक ली आ पर गरीब असी करके नहीं सी इन्हां नाल गल करदे भी इन्हां नाल गंदे बंदियां नाल गंदे क्यों होना उस तो बाद फिर ये इन्होंने काम वधाई गए पर हुण कल बहुत ज़्यादा इन्होंने धमकियां दे के मुंडे ने कुलदीप सिंह ने बहुत बूटे की कुटमार की आ ते साडी यही बेनती है भी हुण पिछला भी सारा कुछ साडा हक सानू मिलना चाहिए सारे पिंड नूं मिलना चाहिए नहीं वर्क करना हजे सर कोई गल नहीं हुई साडी जे पर असी सानू ना कोई हक मिलिया फिर असी सारे वर्कर नाल गल करांगे जो भी साथों होया असी ओही करांगे पर हाणी जिवें इह सानू धमकियां दिंदे असी धमकियां गरीब आदमी करके असी अंदर नहीं वड़दे जिथों तक साथों पहुंचा गया असी उथों तक ही पहुंचांगे साडी यही बेनती है बस भी जे सरकार सानू
पहला पहला सानू ये इंसाफ दे दूगी तो ठीक है, नहीं असी पहुंचांगे जिथे तक साथ पहुंचा गया। यही बेनती है साड़ी। देखो सर साड़ी ये भी बेनती है भी साढ़े पिंड दे विच्चों जिहड़ी सांझी जगह जिथे रोकदे आ किसी नू भी कोई गलबात हो सकती है तां, पर बूटा सिंह जदों नहीं जांदा गा साढ़े सारे बेड़ा भी जांदा पिंड भी जांदा किसी नू भी ये रोक टोक करदे आ, फिर जिन्नी तक साथों पहुंचा गया उतों तक पहुंचांगे। साड़ी यही बेनती है कोई भी आ जानी इन्हां दा नाम लिया जाऊगा। हां जी किसी का भी नुकसान हो सकता है जिन्हें भी जो जाते हैं, तो पर बूटा सिंह की भी जिन्नी भी हैगी गलबात जाते आते डेली जाते हैं साढ़े तो उन्ना नहीं जाया जाता गा, पर जे कोई गलबात हो जाए बस साड़ी मंग यही हैगी वीर जी भी मतलब इथों बस रूड़ी चकवाई जाए सांझे थां चो जिहड़ी जगह चो है ना रूड़ी चकवाई जाए, ते बाकी आया जे किसे टाइम बूटा नहीं भी हुंदा गा कोई होर भी जांदा गा ते उत्थे जे किसे नूं भी कोई मतलब सारयां नूं खतरा ही हैगा इक हिसाब नाल जदों हर एक नूं धमकी दिंदे हैगे इह सारे पिंड दी जगह सांझी हैगी बूटे तों बिना कोई होर भी भगत उत्थे जांदा गा सेवा करन जां कुछ भी हैगा ते उह मतलब सानूं डर ही हैगा उहनां तों, कल नूं किसे दा कोई नफा नुकसान हुंदा गा कल नूं उह जिम्मेवार आ, जदों अज बूटा मेन हैगा बूटे नाल इन्ना बूटे ते हमला कर सकदे कल नूं साडे ते भी हमला कर सकदे किसे ते भी आ, उन्हां दे मैसेज भी जांदे हैगे। बाकी आए हैगा उत्थे पाठ पूजा नूं रोक टोक लाई जांदी हैगी, जे होर किसे मंदरां दे विच रोक टोक लाई जांदी हैगी तां असीं इत्थे भी रोक ला सकदे आंगे, कहिंदे साडे पशु डरदे वी पाठ पूजा रोकी जांदी हैगी जिहड़ी गल हैगी। असीं इही चाहुंदे आंगे वी बस जिवें होर धार्मिक स्थानां ते पाठ पूजा सही ढंग नाल हुंदी आ वी इत्थे वी सानूं सही ढंग नाल करन दा मौका दित्ता जावे जी, बस इही मंग आ साडी वीर जी। ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਰੂੜੀ ਨੂੰ ਲੈ ਕੇ ਜਾਂ ਬੂਟਾ ਸਿੰਘ ਨੂੰ ਲੈ ਕੇ ਕੀ ਕਹਿਣਾ ਗਾ? ਹਾਂਜੀ ਸਰ ਕੀ ਕਹਿਣਾ ਚਾਹੁੰਦੇ? ਅਸੀਂ ਇਹੀ ਕਹਿੰਦੇ ਹਾਂ ਜੀ ਘਰੋਂ ਤਾਂ ਅਗਲਾ ਨਹਾ ਧੋ ਕੇ ਆਉਂਦਾ ਗਾ ਅਤੇ ਜਦੋਂ ਮੱਥਾ ਟੇਕਣਾ ਉਹ ਹੀ ਗੰਥਾਂ ਨਹੀਂ ਲੰਘਦੇ ਆ, ਫਿਰ ਉਹਦਾ ਤਾਂ ਕੋਈ ਫਾਇਦਾ ਨਾ ਹੋਇਆ ਸਾਨੂੰ, ਉਹ ਰੂੜੀ ਦਾ ਸਾਨੂੰ ਪੂਰਾ ਦੁੱਖ ਹੈ ਜੀ, ਰੂੜੀ ਚੱਕੀ ਆ ਜੀ ਆਹ ਗੱਲ ਹੈ। ਹਾਂਜੀ ਕੀ ਕਹਿਣਾ ਚਾਹੋਗੇ ਰੂੜੀ ਬਾਰੇ? ਰੂੜੀ ਚੱਕਣੀ ਚਾਹੀਦੀ ਹੈ ਜੀ, ਉਹਦਾ ਦੁੱਖ ਹੈ ਜੀ ਸਾਨੂੰ। ਹੋਰ ਤਾਂ ਕਢਵਾਉਣਾ ਚਾਹੀਦਾ ਜਿਹੜਾ ਹੋਰ ਵੀ ਕੰਧ ਕੱਢੀ ਬੈਠੇ ਅੰਦਰ, ਹੋਰ ਵੀ ਸਾਡੇ ਮੌਜੂਦ। ਹਾਂ ਭੈਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਬੂਟਾ ਸਿੰਘ ਦੀ ਪਤਨੀ ਹਾਂ, ਉਹ ਜੀ ਮੰਦਰ 'ਤੇ ਸੇਵਾ ਕਰਦੇ ਸੀਗੇ, ਉਹਨਾਂ ਨਜਾਇਜ਼ ਧੱਕਾ ਕੀਤਾ ਉਹਨਾਂ ਨੇ, ਨਿੱਕੇ ਨਿੱਕੇ ਮੇਰੇ ਬੱਚੇ ਆ ਕੁਲਦੀਪ ਸਿੰਘ ਨੇ ਮਾਰ ਕੁੱਟ ਕੀਤੀ, ਕੁੱਤਿਆ ਚੂੜਾ ਵੀ ਦੱਸਿਆ ਉਹਨਾਂ ਨੂੰ। ਪਹਿਲਾਂ ਸਾਡਾ ਮੀਟਰ ਲਵਾਇਆ ਹੋਇਆ ਸੀ ਮੰਦਰ 'ਤੇ ਜੀ, ਉਹਨਾਂ 'ਚੋਂ ਵੀ ਕੁੰਡੀ ਲਾਉਂਦੇ ਰਹੇ, ਬਿੱਲ 27-28 ਹਜ਼ਾਰ ਰੁਪਇਆ ਸਾਨੂੰ ਪਾਤਾ ਮੰਦਰ ਦਾ, ਉਹ ਗਰੀਬ ਅਸੀਂ ਕਿੱਥੋਂ ਭਰੀਏ, ਉਹ ਗ੍ਰਾਹੀ ਕਰਨ ਤੋਂ ਵੀ ਰੋਕਦੇ ਆ ਜੀ, ਅਤੇ ਮੀਟਰ ਵੀ ਪਟਵਾਤਾ ਉਹਨਾਂ ਨੇ ਜੀ ਸਾਡਾ ਕੁੰਡੀਆਂ ਲਾ ਲਾ ਕੇ। ਆਹ ਹੁਣ ਪਾਣੀ ਦਾ ਸੀਗਾ ਜੀ, ਉਹ ਵੀ ਦੋ ਟੂਟੀਆਂ ਉਹਨਾਂ ਨੇ ਕੱਢ ਲਈਆਂ, ਉਹਦੇ 'ਚੋਂ ਪਾਣੀ ਮੰਦਰ ਤੋਂ ਬੰਦ ਕਰਤਾ, ਪਾਣੀ ਦੀ ਕਿੱਲਤ ਖਾਤਰ ਉਹਨਾਂ ਦੀ ਕੁੱਟ ਮਾਰ ਕੀਤੀ ਉਹਨਾਂ ਨੇ। ਕਿੰਨੇ ਬੱਚੇ ਤੁਹਾਡੇ ਜੀ? 3 ਆ ਜੀ। ਕੀ ਬੇਟਾ ਬੇਟੀ? 2 ਬੇਟੀਆਂ 1 ਬੇਟਾ ਛੋਟਾ ਜੀ ਬੇਟਾ। ਅੱਛਾ ਇਸ ਵਕਤ ਬੂਟਾ ਸਿੰਘ ਜੀ ਹੋਸਪਿਟਲ ਵਿੱਚ ਪਏ ਨੇ ਹੈ ਨਾ, ਉਹਨਾਂ ਦੇ ਐਕਸਰੇ ਵਗੈਰਾ ਹੋਏ ਨੇ, ਅੱਛਾ ਕੀ ਮੰਗ ਕਰਦੇ ਹੋ, ਕੀ ਹੋਣਾ ਚਾਹੀਦਾ ਜੀ? ਸਾਨੂੰ ਇਨਸਾਫ ਹੋਣਾ ਚਾਹੀਦਾ ਜੀ, ਕੁਲਦੀਪ ਸਿੰਘ 'ਤੇ ਜਿੰਨੀ ਮੇਰੇ ਬੰਦੇ ਨਾਲ ਕੁੱਟਮਾਰ ਹੋਈ ਹੈ ਦੁੱਗਣੀ ਤਿੱਗਣੀ ਹੋ ਸਕਦੀ ਹੈ ਜੀ, ਜੋ ਕਿ ਵੀ ਉਹ ਹੋਰ ਕਿਸੇ ਦੀ ਵੀ ਕੁੱਟਮਾਰ ਨਾ ਕਰ ਸਕੇ, ਹੋਣੀ ਚਾਹੀਦੀ ਹੈ ਜੀ। ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੀ, ਹੋਰ ਵੀ ਕਿਸੇ ਨੂੰ ਕੁੱਟਮਾਰ ਕਰ ਸਕਦੇ ਆ ਜਦੋਂ ਮੇਰੇ ਬੰਦੇ ਨੂੰ ਕੁੱਟਿਆ ਉਹਨਾਂ ਨੇ। ਹਾਂਜੀ ਗਰੀਬਾਂ ਨਾਲ ਧੱਕਾ ਨਾ ਕਰੇ ਜੀ। ਇੱਥੋਂ ਦੇ ਸਾਰੇ ਪਿੰਡ ਵਾਸੀਆਂ ਦਾ ਇਹੀ ਕਹਿਣਾ ਗਿਆ ਕਿ ਲੋਕ ਧਾਰਮਿਕ ਸਥਾਨ ਮੰਦਰ ਮਸੀਤਾਂ ਲਈ ਆਪਣੇ ਪੱਲਿਓਂ ਪੈਸੇ ਲਾ ਕੇ ਉਸ ਜਗ੍ਹਾ ਨੂੰ ਸਾਫ਼ ਸੁਥਰਾ ਰੱਖਦੇ ਨੇ, ਜਿੱਥੋਂ ਇੱਥੇ ਲੋਕ ਜਾ ਕੇ ਉਸ ਜਗ੍ਹਾ ਨੂੰ ਮੱਥਾ ਟੇਕਦੇ ਆ, ਪ੍ਰਣਾਮ ਕਰਦੇ ਨੇ, ਉਸ ਜਗ੍ਹਾ 'ਤੇ ਜਾ ਕੇ ਜੋਤ ਲਾਉਂਦੇ ਨੇ, ਪਰ ਉੱਥੇ ਹੀ ਉਹਨਾਂ ਨੂੰ ਇੱਕ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਗਾ। ਜਿਵੇਂ ਇਹਨਾਂ ਦੇ ਪਿੰਡ ਵਾਸੀਆਂ ਦੀ ਸਾਰਿਆਂ ਦੀ ਇੱਕ ਮੰਗ ਹੈ ਕਿ ਉਸ ਰੂੜੀ ਨੂੰ ਚੁਕਾਇਆ ਜਾਵੇ, ਜਿਵੇਂ ਕਿ ਧਰਮ ਸਥਾਨ ਜਗ੍ਹਾ ਬਾਕੀ ਧਰਮ ਸਥਾਨ ਜਗ੍ਹਾ ਬਣੀਆਂ ਨੇ, ਚਾਹੇ ਮੰਦਰ ਚਾਹੇ ਮਸੀਤ ਆ ਜਾਂ ਸ੍ਰੀ ਗੁਰਦੁਆਰਾ ਸਾਹਿਬ ਬਣੇ ਹੋਏ ਆ, ਉਸੇ ਤਰ੍ਹਾਂ ਉਸ ਜਗ੍ਹਾ ਨੂੰ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ ਗਾ। ਜਿਵੇਂ ਕਿ ਇਹਨਾਂ ਨੂੰ ਰੂੜੀ ਦੀ ਬਹੁਤ ਸਾਰੀ ਵੱਡੀ ਦਿੱਕਤ ਆਉਂਦੀ ਹੈ, ਇੱਕ ਜਿਵੇਂ ਤੁਹਾਨੂੰ ਤਲਵੰਡੀ ਪਿੰਡ ਦੇ ਉਹਨਾਂ ਲੋਕਾਂ ਦਾ ਪੱਖ ਦਿਖਾਇਆ, ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਨਵੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ, ਤਾਂ ਕਿ ਸਾਡੀ ਹਰ ਆਉਣ ਵਾਲੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਨਵੀਂ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਪਰ ਜਾਂਦੇ ਜਾਂਦੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣੀ ਜੋ ਬਹੁਤ ਜ਼ਰੂਰੀ ਸਮਝਦਾ ਕਿ ਤੁਸੀਂ ਸਾਨੂੰ ਆਪਣੇ ਕਮੈਂਟਾਂ ਰਾਹੀਂ ਇਹ ਜ਼ਰੂਰ ਦੱਸਣਾ ਕਿ ਇਹ ਸਹੀ ਆ ਜਾਂ ਗਲਤ ਹੈ, ਆਪਣੇ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਹੈ ਦੇਣੀ ਕਿ ਇਹ ਜਿਹੜੀ ਰੂੜੀ ਉੱਥੇ ਲੱਗੀ ਹੈ ਉੱਥੋਂ ਚੱਕਣੀ ਚਾਹੀਦੀ ਹੈ ਜਾਂ ਨਹੀਂ ਚੱਕਣੀ ਚਾਹੀਦੀ, ਆਪਣੇ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਣਾ। ਨਵੀਂ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।